अस्सलामुअलैकुम जनाब, की हाल है? ठीक ठाक हो? अज की वीडियो करने शुरू वाहवा देनी हो वीडियो बनाया। अज रात का मैं पिंड सा, सुबह सुबह उठ के मैं वाहवा पैलियां फिर फुर के नहर से तरेल तरू फिर के घर आ गए। हूँ नाश्ता कर लिया तो हूँ बहर निकलिया तो आज साजू डिया पट्ठे व्ढन तो इनू घड़ी तंग करने तो फिर सूर्यमुखी की कश्त हो रही है, बी लगन डे तो नाकू बंदे बनन डे, वह भी जाके बहने तैनू वहाने तो पैली तैयार हो गई है। चलो बद लगते तैन वहाने कि सूर्यमुखी किए ला डे असं साजू सवेरे सवेरे पट्ठे वढ़ते हैं। 50 रुपये लब्बे ने, 50 रुपये वहा जे लब्बे ने दौरे फिटे मूह जनाब जी भी है ना साजू को ले लियो। आह पिंड जरा वीडियो वेहदा जनाब ये जाने खेडते उन्हें डिगे ने और जे कोई दहा ने तो आ साजू ढा के ना ये को ले लियो। ठीक है जी, सोनी जी वीडियो बना के ना हाँ चंगा जहा गाना दुखी ला के चंगा जहा दुखी गाना ला के दुखी ला के नेट ते चाड़ केड़े नेट ते चाड़ा केड़े नेट ते चाड़ी दी तेरी आईडी किथे फेसबुक वाली दी साजू प्रिंस दे नाम दी खूबसूरत और कोई इंज दा सही है। किरण शहजादी सुना की हाल ही? साजू लगा पट्ठे वड्ढन, इन्हे कुश्ता रख लिया, कुश्ता रख लिया ही उन ज्यादा मेरे दिल च पीड़ होंदी है। तेरे दिल च जेड़ी पीड़ होंदी है मैनू पता है, तेरे मैसेज बंद हो गए ने होर की तेनू पीड़ होंदी है। हाँ तो पीड़ तेनू क्यों होंदी है मैनू पता है ये तेनू पता चंगी तरह कादी होंदी है। नहीं वाढ़ी जाती यार की हो गई है वेखो जी नौजवान बंदा है पट्ठे वड्ढन डिया डंगरां वाले चारा ये अज पहले दिन लगा जे वड्ढन और कख भी आता उसी मेरा घोता बिच आ गई बस जी हो गया राज वेखो जी मुंडे ने दो लते पट्टिया ने वड्डे ने ये तो यार मैं वड्डे ने मैं वड्डे ना वेख लो जी सारे मैं वड्डे देखा किड्डी स्पीड मेरी लाओ जनाब आज जी सूरजमुखी बी पैकेट ये 15,000 का है हूँ 18,000 का ये सबसिडी के बाउचर ने जी बी होर दो किस्म का बी है बी मोटा जनाब पैली तैयार हो गई
ਤੇ ਪਹਿਲੀ ਵਾਹ ਵੂ ਕੇ ਮਟਰਾਂ ਤੋਂ ਬਾਅਦ ਵਿਹਲੀ ਸੀ ਵਾਹ ਕੇ ਤਿਆਰ ਕਰਕੇ ਤੇ ਪਲਟੇ ਇਹਦੀ ਮਸ਼ੀਨ ਨਾਲ ਪਲਟੇ ਪੈ ਗਏ ਨੇ ਖਾਲ ਪੈ ਗਏ ਨੇ ਨੱਕ ਬੰਨਣ ਵਾਲੇ ਹਾਂ ਜ਼ਹੀਰ ਤੇ ਘੋਰ ਮੁੰਡਾ ਜਨਾਬ ਨੱਕ ਬੰਨਣ ਡੇ ਨੇ ਨਾਲ ਦੂਜੇ ਪਾਸੇ ਬੀ ਲੱਗਣ ਡਿਆ ਹੱਥਾਂ ਦੇ ਨਾਲ ਲੱਗਣ ਡਿਆ ਬੀ ਜੀ ਪੈਲੀ ਤਿਆਰ ਹੋਈ ਨਹੀਂ ਅਮਰ ਕਲਾਸ ਲੈ ਗਿਆ ਆਹੋ ਕੋਪਨ ਕਰਨੇ ਨਾ ਮੈਸੇਜ ਅੱਗੇ ਜੀ ਸੂਰਜਮੁਖੀ ਆ ਛੱਟੇ ਦਾ ਬੀਜੀ ਦਾ ਛੱਟਾ ਦੇ ਕੇ ਅਤੇ ਸੁਹਾਗਾ ਮਾਰ ਛੜੀ ਦਾ ਝੁੱਕ ਪੈਂਦਾ ਅਤੇ ਐਤਕੀ ਨਵੇਂ ਤਰੀਕੇ ਨਾਲ ਜਨਾਬ ਬੀਜਣਾ ਇਹ ਖਿਲਾਂ 'ਤੇ ਬੀਜਿਆ ਜਾਏਗਾ ਅਤੇ ਨਾਲ ਪਾਣੀ ਲਾ ਦੇਣਾ ਜੀ ਬੀਜ ਕੇ ਅਤੇ ਖਾਦ ਵੀ ਨਾਲ ਨਾਲ ਹੀ ਅੱਗੇ ਖਾਦ ਪਏਗੀ ਪਿੱਛੋਂ ਪਾਣੀ ਲੱਗੇਗਾ ਅਤੇ ਐਤਕੀ ਬੀਜ ਵੀ ਇੱਕ ਹੋਰ ਜਨਾਬ ਕੰਪਨੀ ਨੇ ਦਿੱਤਾ ਉਹਨਾਂ ਕਿਹਾ ਜੀ ਚੈੱਕ ਕਰੋ ਬੀ ਅਗਰ ਪਾਸ ਹੋ ਗਿਆ ਐਤਕੀ ਸਹੀ ਉਹਦੀ ਐਵਰੇਜ ਹੋਈ ਤਾਂ ਫਿਰ ਕੰਪਨੀ ਜਨਾਬ ਉਹਨੂੰ ਫਿਰ ਮਾਰਕੀਟ 'ਚ ਕੱਢੇਗੀ ਤਜਰਬੇ ਲਈ ਆਇਆ ਆ ਜਨਾਬ ਬੀ ਲੱਗਣ ਡਿਆ ਹੱਥ ਨਾਲ ਲਾਉਣ ਡਏ ਨੇ ਇੱਕ ਗੇੜ ਦੇ ਫਾਸਲੇ ਦੋਵਾਂ ਪਾਸੇ ਖੇਲਦੇ ਵਾਪਸ ਮੈਸੇਜ ਤੇ ਨਹੀਂ ਆਉਂਦਾ ਇਹਦਾ ਮੈਸੇਜ ਸੈਂਡ ਤੇ ਹੋਇਆ ਹੀ ਨਹੀਂ ਹੋਇਆ ਥੋੜ੍ਹੀ ਦੇਰ ਬਾਅਦ ਆ ਜਾਣਾ ਵਾਪਸ ਮੈਸੇਜ ਆਉਣਾ ਤੇ ਫਿਰ ਪਤਾ ਲੱਗਣਾ ਕਿ ਹੋਇਆ ਕਿ ਨਹੀਂ ਹੋਇਆ ਫਿਰ ਅਗਲਾ ਕਰਾਂ ਫਿਰ ਅਗਲਾ ਕਰਾਂ ਇਹ ਜੀ ਕੂਪਨ ਹੈ ਬੀੜ ਦਾ ਸਾਰਾ ਲਿਖਿਆ ਨੇ ਹਿਸਾਬ ਕਿਤਾਬ ਆਹ ਸਬਸਿਡੀ ਦਾ ਕੂਪਨ ਹੈ ਇਹ ਮੈਸੇਜ ਕਰ ਦਾਂਗੇ ਅਤੇ ਜਦੋਂ ਸੂਰਜਮੁਖੀਆ ਵੱਢੇ ਜਾਣਾ ਉਦੋਂ ਸਬਸਿਡੀ ਵੀ ਆਈ ਹੈਗੀ ਆਈ ਸੂਬਾ ਉਹ ਸੂਬੇ ਦੇ ਕੋਲ ਪੈਲੀ ਵੇਖਣ ਜਾਣ ਡਿਆ ਕਣਕ ਤੇ ਪਿੰਡ ਲਓ ਜੀ ਮੈਂ ਤਾਂ ਨਾਇਕ ਹੋਰੀ ਆਏ ਹਾਂ ਕਣਕਾਂ ਵੇਖਣ ਕਣਕਾਂ ਮਾਸ਼ਾਲਾ ਨਿਸਰਨ 'ਤੇ ਆਈਆਂ ਨੇ ਵਿੱਚੋਂ ਕਈਆਂ ਸਿੱਟੇ ਕੱਢੇ ਨੇ ਸਾਡੀਆਂ ਗੇਤਰੀਆਂ ਬੀਜੀਆਂ ਨੇ ਅਤੇ ਬਾਕੀ ਆਹ 100 ਦਿਨ ਦੀਆਂ ਤਕਰੀਬਨ ਹੋ ਗਈਆਂ ਨੇ ਇਹ 1-2 ਦਿਨ 'ਚ ਬਿਲਕੁਲ ਨਿਸਰ ਜਾਣੀਆਂ ਉਹ ਸਾਹਮਣੇ ਪਿੰਡ ਹੈ ਘਰ ਦਾ ਵੀ ਸੀ ਇਹ ਫਖਰੇ ਪੱਖਰ ਉਹ ਨਹਿਰ ਜੇ ਆ ਜੀ ਸੁਬਾਹ ਆਪਣਾ ਇਹਦਾ ਕੰਮ ਜਾ ਰਹੀ ਹੈ ਉਮੀਦ 2-3 ਮਹੀਨਿਆਂ ਤੱਕ ਪੱਕਾ ਹੋਈਏਗਾ ਆਹ ਮੋਗਾ ਇਹ ਨਵੇਂ ਮੋਗੇ ਬਣਨਗੇ ਹੁਣ ਆਹ ਵੇਖੋ ਜਨਾਬ ਨੱਕ ਬੰਨਣ ਡੇ ਹਨ ਤੇ 4 ਕਿੱਲੇ 'ਚ ਆ ਗਏ ਨੇ ਤੇ ਥੱਕ ਗਏ ਨੇ ਧੁੱਪ ਲੱਗ ਗਈ ਹੈ ਤੇ ਇਸ ਬਹਿ ਗਏ ਨੇ ਤੇ ਮੈਂ ਹੁਣ ਨਾਇਕ ਨੂੰ ਵੀਡੀਓ ਬਣਾਵਾਂਗਾ ਇਹ ਲਾ ਬੰਦੇ ਬੈਠੇ ਨੀ ਤਰੇ ਦੇ ਨਾਲ ਤਰੇ ਪਾਣੀ ਪਿਆ ਗਿਆ ਪਾ ਮਿੱਠੂ ਕਾਲੀ ਬੋਤਲ ਲੱਭ ਦੇਣਾ ਹੁਣ ਐਸੇ ਕਾਲੀ ਲੱਭਦੇ ਨੇ ਸਹੀ ਹੈ ਤੇ ਉਹ ਨਾਇਕ ਨੂੰ ਫਰਾਣੇ ਪਰ ਬੋਤਲ ਲੈ ਆ ਭਾਈ ਆਹੋ ਨਹੀਂ ਉਹਨੂੰ ਆਖੋ ਉਹ ਕਾਲੀ ਬੋਤਲ ਲੈ ਆਏ ਵਿੱਚ ਕੋ ਨਿੰਮਕੋ ਦਾਲ ਪਾ ਕੇ 4 ਕਿੱਲੇ 'ਚ ਵੜ ਗਏ ਆ ਅੱਲਾ ਦੇ ਹੁਕਮ ਨਾਲ ਤੇ ਵੀ ਸਮਝੋ ਘੰਟੇ ਡੇਢ 'ਚ ਮੁੱਕ ਜਾਣਾ ਇਹ ਕਿਹੜਾ ਸੱਚੀ ਮੁੱਚੀ ਦਾ ਕੰਮ ਨੇ ਸਹੀ ਕਣਕ ਵੇਖੀ ਫਿਰ ਭਾ ਨੇ ਇੱਕ ਖੇਲ ਉਹ ਤੇ ਚੜੀ ਤੇ ਆਂਦਾ ਭਾਈ ਪਿਆ ਜੇ ਤੁਹਾਡਾ ਸਮਾਨ ਮੈਂ ਆਖਿਆ ਵੀ ਨਹੀਂ ਚੜ ਸਹੀ ਮੈਂ ਬਾਅਦ ਜੇ ਤੂੰ ਆਖਣਾ ਲੱਕ ਪੀੜ ਮੁੰਡਿਆ ਮੇਰੇ ਕੋਲ ਧਾਰਾਂ ਨਹੀਂ ਨਿਕਲਦੀਆਂ ਫਿਰ ਵਾਲੀਬਾਲ ਤੇ ਵੀ ਜਾਣਾ ਘੜੀ ਆਹ ਤਾਂ ਹੀ ਤੇ ਮਕਾਨ ਡੇ ਆ ਕਿ ਮੁੱਕ ਜੇ ਮੁੱਕ ਜੇ ਮੁੱਕ ਜੇ